ਤੇ ਸੂਬੇ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਬਹੁਤ ਹੀ ਸਰਗਰਮ ਨਜ਼ਰ ਆ ਰਹੇ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਸੂਬੇ ਦੀ ਜਨਤਾ ਨਾਲ ਮੀਟਿੰਗਾਂ ਇਕੱਠਾਂ ਦੇ ਰੂਪ ਵਿੱਚ ਮੇਲ ਮਿਲਾਪ ਕੀਤੇ ਜਾ ਰਹੇ ਹਨ ਅਤੇ ਇਸੇ ਸਿਲਸਿਲੇ ਵਿੱਚ ਅਨੰਦਪੁਰ ਸਾਹਿਬ ਤੋਂ ਚੁਣੇ ਗਏ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾਰੀ ਨੇ ਮੋਰਿੰਡਾ ਤੋਂ ਲੈ ਕੇ ਸ਼੍ਰੀ ਚਮਕੌਰ ਸਾਹਿਬ ਤੱਕ ਰੋਡ ਸ਼ੋਅ ਦੇ ਜ਼ਰੀਏ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਿਕੰਜਾ ਕੱਸਦਿਆਂ ਕਿਹਾ ਕਿ ਪੀਐਮ ਮੋਦੀ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਭਟਕਾ ਕੇ ਚੋਣਾਂ ਲੜ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਲੋਕਾਂ ਨੂੰ ਭੜਕਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਧਰ ਆਮ ਜਨਤਾ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਮਨੀਸ਼ ਤਿਵਾਰੀ ਵੱਲੋਂ ਕੀਤੇ ਗਏ ਇਸ ਰੋਡ ਸ਼ੋਅ ਦਾ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਮਨੀਸ਼ ਤਿਵਾਰੀ ਨੇ ਇਸ ਰੋਡ ਸ਼ੋਅ ਦੌਰਾਨ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਉਲੰਘਣ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੂੰ ਮਨੀਸ਼ ਤਿਵਾਰੀ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਜਿਹੜੀ ਹੈ ਮਨੀਸ਼ ਤਿਵਾਰੀ ਜੀ ਵੱਲੋਂ ਰੋਡ ਸ਼ੋਅ ਕੱਢਿਆ ਜਾਂਦਾ, ਉਹਦੇ ਦਰਮਿਆਨ ਕਾਂਗਰਸ ਸਰਕਾਰ ਜਿਹੜਾ ਕੈਂਡੀਡੇਟ ਹੈ ਉਹਦੇ ਵੱਲੋਂ ਚੋਣ ਉਹਦੀਆਂ ਆਪਣੇ ਜਿਹੜੀਆਂ ਚੋਣ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਸਰਕਾਰੀ ਪ੍ਰੋਪਰਟੀ ਜਿਹੜੀ ਹੈ ਮਹਿਜੂਜ ਕੀਤਾ ਜਾਂਦਾ, ਕਿਉਂਕਿ ਮੈਂ ਦੇਖਿਆ, ਮੈਂ ਮਰਿੰਡੇ ਤੋਂ ਆਇਆ, ਜਗ੍ਹਾ ਜਗ੍ਹਾ ਜਿਹੜੇ ਸੜਕ ਦੇ ਉੱਪਰ ਖੰਭਿਆਂ 'ਤੇ ਜਾਂ ਹੋਰ ਜੋ ਵੀ ਸਰਕਾਰ ਦੀ ਪ੍ਰੋਪਰਟੀ ਹੈ ਉਹਦੇ ਉੱਪਰ ਬੱਸ ਸਟੈਂਡਾਂ 'ਤੇ ਮੰਡੀ ਦੇ ਵਿੱਚ ਉਹਦੇ ਵਿੱਚ ਹੋਲਡਿੰਗ ਲਾਏ ਹੋਏ ਆ। ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਇਹਦੇ ਉੱਪਰ ਕਾਨੂੰਨੀ ਕਾਰਵਾਈ ਕਰੀ ਜਾਵੇ, ਜਿਹੜੀਆਂ ਇਹਨਾਂ ਨੇ ਆਪਣੇ ਚੋਣ ਦੀਆਂ ਉਲੰਘਣਾ ਕੀਤੀ ਗਈ ਹੈ ਚੋਣ ਜ਼ਾਬਤੇ ਦੀ। ਸੋ ਇਹਦੇ ਵਾਸਤੇ ਜਿਹੜੀ ਆਪਣੇ ਇਹਦੇ ਉੱਪਰ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਨੋਟਿਸ ਕੱਢਿਆ ਜਾਵੇ। ਵੀਰ ਪੰਜਾਬ ਸਰਕਾਰ 'ਚ ਵਜ਼ੀਰ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਚੰਨੀ, ਜਿਹੜੇ ਚਮਕੌਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰ ਰਹੇ, ਉਹਨਾਂ ਦੀ ਰਹਿਨੁਮਾਈ ਹੇਠ ਅੱਜ ਸਵੇਰ ਤੋਂ ਅਸੀਂ ਇੱਥੇ ਚੋਣ ਪ੍ਰਚਾਰ ਕਰ ਰਹੇ ਹਾਂ। ਚਮਕੌਰ ਸਾਹਿਬ ਆਉਣ ਦਾ ਮੁੱਖ ਮਕਸਦ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ, ਜੋ ਬਹੁਤ ਹੀ ਇਤਿਹਾਸਿਕ ਗੁਰਦੁਆਰਾ, ਸਾਹਿਬਜ਼ਾਦਾ ਨੇ ਜਿਨ੍ਹਾਂ ਨੇ ਇਸ ਮੁਲਕ ਪਿੱਛੇ ਕੁਰਬਾਨੀ ਦਿੱਤੀ ਉਹਨਾਂ ਦਾ ਤੀਰਥ ਸਥਾਨ, ਉੱਥੇ ਅਸੀਂ ਆਪਣਾ ਸੀਸ ਝੁਕਾਉਣਾ ਹੈ। ਔਰ ਉੱਥੇ ਸੀਸ ਝੁਕਾਉਣ ਤੋਂ ਬਾਅਦ ਜੋ ਇੱਕ ਅਨਿਆਏ ਖਿਲਾਫ ਜੰਗ ਉਹਨਾਂ ਨੇ ਲੜੀ ਸੀਗੀ, ਉਸੀ ਜੰਗ ਨੂੰ ਅੱਗੇ ਵਧਾਉਂਦਿਆਂ ਹੋਇਆਂ ਇਸ ਮੁਲਕ 'ਚ ਅਮਨ ਔਰ ਭਾਈਚਾਰਾ ਰਹੇ, ਇਸ ਮੁਲਕ ਦੇ ਵਿੱਚ ਹਰ ਆਦਮੀ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਿਆ ਜਾਵੇ, ਭਾਈ ਔਰ ਭਾਈ 'ਚ ਫਰਕ ਨਾ ਕੀਤਾ ਜਾਵੇ, ਫਿਰਕਾ ਪ੍ਰਸਤੀ ਇਸ ਮੁਲਕ ਦੇ ਵਿੱਚ ਪਣਪ ਨਾ ਪਾਏ। ਇਹਨਾਂ ਸਾਰੇ ਅਸੂਲਾਂ ਨੂੰ ਲੈ ਕੇ ਅਸੀਂ ਆਪਣੀ ਚੋਣ ਲੜ ਰਹੇ ਹਾਂ। ਔਰ ਮੈਨੂੰ ਪੂਰਨ ਯਕੀਨ ਹੈ ਕਿ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ, ਚੰਨੀ ਸਾਹਿਬ ਔਰ ਉਹਨਾਂ ਦੇ ਸਾਰਿਆਂ ਸਾਥੀਆਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੋਂ ਵੱਡੀ ਜਿੱਤ ਪ੍ਰਾਪਤ ਕਰਾਂਗੇ। ਔਰ ਜਿਹੜਾ ਪਾਰਟੀ ਨੇ ਮੈਨੂੰ ਜੰਮਾ ਲਾਇਆ, ਸ੍ਰੀ ਅਨੰਦਪੁਰ ਸਾਹਿਬ ਜੋ ਗੁਰੂਆਂ ਦੀ ਧਰਤੀ ਹੈ, ਗੁਰੂਆਂ ਦਾ ਖੇਤਰ ਹੈ, ਉਸ ਪਾਵਨ ਧਰਤੀ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ। ਜੇ NDA ਭਾਜਪਾ ਸਰਕਾਰ ਨੇ ਕੋਈ ਕੰਮ ਕੀਤੇ ਹੁੰਦੇ ਤਾਂ ਉਹ ਆਪਣੇ ਕੀਤੇ ਹੋਏ ਕੰਮਾਂ ਦੇ ਉੱਪਰ ਚੋਣ ਲੜਦੇ, ਉਹ ਫਿਰਕਾ ਪ੍ਰਸਤੀ ਦੇ ਉੱਪਰ ਚੋਣ ਨਹੀਂ ਲੜਦੇ। ਜਦੋਂ ਤੁਹਾਡੇ ਕੋਲ ਕੰਮ ਕਹਿਣ ਵਾਸਤੇ ਜਾਂ ਲੋਕਾਂ ਨੂੰ ਦੱਸਣ ਵਾਸਤੇ ਕੁਛ ਨਹੀਂ ਹੁੰਦਾ ਤਾਂ ਤੁਸੀਂ ਮੁੱਦਿਆਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ। ਔਰ ਤਾਂ ਹੀ ਜੇ ਤੁਸੀਂ 5 ਸਾਲ 'ਚ ਜਿੰਨੀਆਂ ਚੋਣਾਂ ਹੋਈਆਂ ਨੇ, ਚਾਹੇ ਹਿੰਦੁਸਤਾਨ ਦੇ ਕਿਸੇ ਹਿੱਸੇ 'ਚ ਹੋਈਆਂ ਹੋਣ, ਚਾਹੇ ਉੱਥੇ ਭਾਜਪਾ ਦੀ ਸਰਕਾਰਾਂ ਰਹੀਆਂ ਹੋਣ, ਭਾਜਪਾ ਨੇ ਕਦੇ ਚੋਣ ਆਪਣੇ ਕੀਤੇ ਹੋਏ ਕੰਮਾਂ 'ਤੇ, ਵਿਕਾਸ 'ਤੇ ਔਰ ਜਿਹੜੇ ਬੁਨਿਆਦੀ ਮੁੱਦੇ ਨੇ ਲੋਕਾਂ ਦੇ, ਉਹਨਾਂ 'ਤੇ ਕਦੇ ਚੋਣ ਨਹੀਂ ਲੜੀ ਹੈ। ਭਾਈ ਨੂੰ ਭਾਈ ਨਾਲ ਵੰਡ ਕੇ ਔਰ ਫਿਰਕਾ ਪ੍ਰਸਤੀ ਫਲਾ ਕੇ ਉਸ ਚੀਜ਼ 'ਤੇ ਉਹਨਾਂ ਨੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹ ਜਿਹੜਾ ਸਮਾਜ ਨੂੰ ਤੋੜਨ ਦਾ ਇੱਕ ਸ਼ਡਯੰਤਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਔਰ ਉਹਨਾਂ ਦੇ ਜਿਹੜੇ ਭਾਈਵਾਲ ਪਾਰਟੀਆਂ ਨੇ ਜਿਹਦੇ ਅਕਾਲੀ ਦਲ ਸ਼ਾਮਲ ਹੈ, ਅਸੀਂ ਇਸ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ, ਇਸ ਮੁਲਕ ਨੂੰ ਇੱਕ ਰੱਖਾਂਗੇ।